ਸਰਦਾਰ ਹਰਚਰਨ ਸਿੰਘ ਬੁੱਲਰ ਸਰ, ਡੀ ਆਈ ਜੀ ਪਟਿਆਲਾ ਰੇਂਜ, ਐਡਵੋਕੇਟ ਗੁਰਪ੍ਰਤਾਪ ਸਿੰਘ ਜੀ, ਡਬਲ ਏ ਜੀ ਪੰਜਾਬ ਐਂਡ ਹਰਿਆਣਾ ਹਾਈਕੋਰਟ, ਬਾਕੀ ਸਾਡੇ ਆਫਿਸਰ ਸਾਹਿਬਾਨ, ਪ੍ਰੈਸ ਵੱਲੋਂ ਪਹੁੰਚੇ ਸਾਡੇ ਜਰਨਲਿਸਟ, ਬਾਕੀ ਵੀ ਡੀ ਸੀ ਜੋ ਵਿਲੇਜ ਡਿਫੈਂਸ ਕਮਿਟੀਜ਼ ਬਣੀ ਹੈ ਉਹਨਾਂ ਦੇ ਮੈਂਬਰ ਸਾਹਿਬਾਨ, ਸਰਪੰਚ, ਬਾਕੀ ਅਹੁਦੇਦਾਰ, ਸਮੁੱਚੀ ਸੰਗਤ ਨੂੰ ਮੇਰੇ ਵੱਲੋਂ ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਇਹ ਡੀ ਆਈ ਜੀ ਸਾਹਿਬ ਦੇ ਕਹਿਣ 'ਤੇ, ਡੀ ਆਈ ਜੀ ਸਰ ਪੂਰੀ ਪਟਿਆਲਾ ਰੇਂਜ ਦੇ ਵਿੱਚ ਇੱਕ ਅਵੇਅਰਨੈਸ ਡਰਾਈਵ ਚਲਾਈ ਹੋਈ ਹੈ, ਉਹਦੇ ਤਹਿਤ ਸਰ ਨੇ ਕਈ ਵਾਰੀ ਕੋਸ਼ਿਸ਼ ਕੀਤੀ ਬਟ ਰੁਝਾਵੇਂ ਕਈ ਸੀਗੇ, ਅਸੀਂ ਸੋਚ ਰਹੇ ਸੀਗੇ ਇਹ ਸਮਾਗਮ ਕਰਨ ਦੀ, ਅਤੇ ਅੱਜ ਵੀ ਆਰ ਥੈਂਕਫੁਲ ਕਿ ਸਰ ਨੇ ਟਾਈਮ ਕੱਢਿਆ ਇੱਥੇ ਬਰਨਾਲਾ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਦੇ। ਅੱਜ ਜਿਹੜੀ ਅਵੇਅਰਨੈਸ ਡਰਾਈਵ ਹੈ ਉਹਦੇ ਵਿੱਚ ਅਸੀਂ ਇੱਕ ਉਪਰਾਲਾ ਹੈਗਾ, ਜਿੱਦਾਂ ਕਿ ਮੇਰੇ ਤੋਂ ਪਹਿਲਾਂ ਪ੍ਰਵਕਤਾਵਾਂ ਨੇ ਦੱਸਿਆ, ਰਿਲੇਟਡ ਟੂ ਅਲੱਗ ਅਲੱਗ ਜੋ ਕ੍ਰਾਈਮਸ ਹੁੰਦੇ ਨੇ, ਜੋ ਇਸ਼ੂਜ਼ ਨੇ ਸੋਸਾਇਟੀ ਦੇ ਵਿੱਚ, ਉਹਨਾਂ ਨੂੰ ਐਡਰੈਸ ਕਰਨ ਵਾਸਤੇ ਹੈਗਾ ਇਹ ਸਮਾਗਮ। ਉਹਦੇ ਵਿੱਚ ਇੱਕ ਟੋਪਿਕ ਜਿਹੜਾ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਸਾਰਿਆਂ ਕੋਲ, ਆਪਣੇ ਜਿੰਨੇ ਵੀ ਇੱਥੇ ਬੈਠੇ ਹੈ ਸਾਰਿਆਂ ਦੇ ਘਰਾਂ 'ਚ ਸਮਾਰਟਫੋਨਸ ਨੇ, ਸਾਰਿਆਂ ਦੇ ਕੋਲ ਇੰਟਰਨੈਟ ਕਨੈਕਸ਼ਨਸ ਹੈ, ਅੱਜ ਕੱਲ੍ਹ ਸਾਰਿਆਂ ਦੇ ਹੀ ਇੰਟਰਨੈਟ ਬੈਂਕਿੰਗ ਹੈ, ਬੈਂਕ ਅਕਾਊਂਟਸ ਹੈ, ਉਹਦੇ ਨਾਲ ਇੱਕ ਰਿਲੇਟਡ ਕ੍ਰਾਈਮ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਰਿਹਾ ਬਿਕੋਜ਼ ਟੈਕਨੋਲੋਜੀ ਵੱਧ ਰਹੀ ਹੈ, ਅਤੇ ਕ੍ਰਾਈਮ ਕ੍ਰਿਮੀਨਲਸ ਵੀ ਆਪਣਾ ਵੇ ਆਫ ਕ੍ਰਾਈਮ ਬਦਲ ਲੈਂਦੇ ਨੇ। ਉਹਦੇ ਵਿੱਚ ਹੈਗਾ ਸਾਡਾ ਸਾਈਬਰ ਕ੍ਰਾਈਮ। ਸਾਈਬਰ ਕ੍ਰਾਈਮ ਇੰਨਾ ਕੁ ਵੱਧ ਰਿਹਾ ਹੈ ਕਿ ਅਸੀਂ ਆਮਨ ਤੌਰ 'ਤੇ ਦੇਖਦੇ ਹਾਂ ਜੋ ਡੇਲੀ ਸਾਡੇ ਕੋਲ ਕੰਪਲੇਂਟਸ ਆਉਂਦੀ ਹੈ, ਜੋ ਪਰਸੈਂਟੇਜ ਹੈ ਉਹ ਕਾਫੀ ਵੱਧ ਰਹੀ ਹੈ ਡੇ ਟੂ ਡੇ ਬੇਸਿਸ 'ਤੇ। ਉਹਦਾ ਵਨ ਆਫ ਦਾ ਰੀਜ਼ਨ ਇਹੀ ਹੈਗਾ ਕਿ ਇਹ ਵੀ ਆਪਣੇ ਆਪ ਨੂੰ ਡਿਵੈਲਪ ਕਰਦੇ ਹੈ, ਆਪਣੇ ਆਪ ਨੂੰ ਮੋਡੀਫਾਈ ਕਰ ਲੈਂਦੇ ਆ, ਆਪਣੇ ਜੋ ਮੋਡਲਸ ਓਪਰੈਂਡੇ ਜਿੱਦਾਂ ਇਹ ਕੰਮ ਕਰਦੇ ਆ ਕ੍ਰਿਮੀਨਲਸ, ਅਤੇ ਆਪਣੀ ਅਵੇਅਰਨੈਸ। ਇਹ ਸਾਈਬਰ ਕ੍ਰਾਈਮ ਬੜਾ ਇੰਪੋਰਟੈਂਟ ਟੋਪਿਕ ਹੈ ਜੀ, ਥੋੜ੍ਹਾ ਪਿੱਛੇ ਰਹਿ ਜਾਂਦਾ ਹੈ ਬਟ ਅੱਜ ਕੱਲ੍ਹ ਜੋ ਇਹਨਾਂ ਦੇ ਵੇਜ਼ ਹੈ ਉਹ ਕਾਫੀਆਂ ਨੂੰ ਪਤਾ ਲੱਗਿਆ। ਉਹਨਾਂ ਪਿੱਛੇ ਸੀ ਸਾਡੇ ਕੋਲ ਇੱਕ ਕੰਪਲੇਨੈਂਟ ਆਇਆ, ਕਹਿੰਦਾ ਜੀ ਉਹਨਾਂ ਕੋਲ ਫੋਨ ਆਇਆ ਇੱਕ ਨੰਬਰ ਤੋਂ, ਨੰਬਰ ਵੀ ਜੈਨੂਇਨ ਲੱਗਦਾ ਹੈ, ਫੋਨ ਆ ਕੇ ਕਹਿੰਦਾ ਕਿ ਜੀ ਤੁਹਾਡਾ ਪਾਰਸਲ ਪਹੁੰਚਿਆ ਹੈ, ਇੱਥੇ ਕੋਰੀਅਰ ਸਰਵਿਸ ਹੈਗੀ ਸਾਡੀ ਨੋਇਡਾ, ਉੱਥੇ ਪਹੁੰਚਿਆ ਬਟ ਤੁਹਾਡਾ ਬਾਹਰੋਂ ਆਇਆ। ਆਪਣੇ ਆਪ ਪੰਜਾਬ ਦੇ ਵਿੱਚ ਤਾਂ ਵੈਸੇ ਵੀ ਰਿਵਾਜ਼ ਹੈ ਬਹੁਤਾਂ ਦੇ ਰਿਸ਼ਤੇਦਾਰ ਨੇ ਨੀਅਰ ਐਂਡ ਡੀਅਰ ਵਨ ਜੋ ਬਾਹਰ ਰਹਿੰਦੇ ਆ ਦੂਜੇ ਦੇਸ਼ਾਂ ਦੇ ਵਿੱਚ, ਕਹਿੰਦਾ ਜੀ ਤੁਹਾਡਾ ਪਾਰਸਲ ਤਾਂ ਪਹੁੰਚ ਗਿਆ ਬਟ ਉਹ ਕਸਟਮਸ ਵਾਲਿਆਂ ਨੇ ਫੜ ਲਿਆ ਹੈਗਾ, ਅਤੇ ਉਹ ਕਹਿ ਰਹੇ ਕਿ ਤੁਹਾਡਾ ਜਦੋਂ ਚੈੱਕ ਕੀਤਾ ਗਿਆ ਉਹਦੇ ਵਿੱਚੋਂ ਡਰੱਗਸ ਹੈ ਮਿਲੀ ਆ, ਅਤੇ ਉਹ ਕਸਟਮਸ ਦੇ ਕੋਲ ਹੈਗਾ, ਅਤੇ ਆਪਣਾ ਇਹ ਆਪ ਨੂੰ ਦੇਖਣਾ ਪੈਣਾ ਨਹੀਂ ਤਾਂ ਤੁਹਾਡੇ 'ਚ ਤਾਂ ਕੇਸ ਰਜਿਸਟਰ ਹੋ ਜਾਣਾ। ਉਹਨਾਂ ਨੇ ਕਿਹਾ ਜੀ ਇਹ ਤਾਂ ਕਿਵੇਂ ਫਿਰ ਕਿੱਥੇ ਪਹੁੰਚਿਆ, ਉਹਨਾਂ ਨੇ ਜੈਨੂਇਨ ਸਾ ਐਡਰੈਸ ਦਿੱਤਾ, ਕਸਟਮਸ ਦਾ ਵੀ ਦੱਸਤਾ, ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਉੱਥੇ ਜੋ ਲੋਕਲ ਪੁਲਿਸ ਥਾਣਾ ਹੈਗਾ ਉਹਦਾ ਵੀ ਅਸੀਂ ਕਨੈਕਸ਼ਨ ਤੁਹਾਨੂੰ ਕਰ ਦਿੰਦੇ ਤਾਂ ਕਿ ਤੁਸੀਂ ਉਹਨਾਂ ਨੂੰ ਦੱਸ ਦਿਓ। ਫਿਰ ਗਾਹ ਉਹੀ ਉਹਨਾਂ ਨੂੰ ਫੋਨ ਨੰਬਰ ਦੱਸ ਦਿੰਦੇ ਆ, ਉਹ ਅੱਗੇ ਹੀ ਕਨੈਕਟ ਕਰ ਦਿੰਦੇ ਆ, ਹੋਰ ਦੂਜਾ ਬੰਦਾ ਚੱਕਦਾ ਫੋਨ, ਉਹ ਕਹਿੰਦਾ ਹਾਂਜੀ ਮੈਂ ਫਲਾਣੀ ਥਾਂ ਤੋਂ ਬੋਲ ਰਿਹਾ, ਉਹ ਫਿਰ ਯਕੀਨ ਕਰ ਜਾਂਦਾ ਬੰਦਾ ਉਹਦੇ 'ਤੇ। ਇੱਦਾਂ ਕਰਕੇ ਜੀ ਤੁਹਾਨੂੰ ਤਾਂ ਇੰਨੀ ਕਸਟਮਸ ਡਿਊਟੀ ਦੇਣੀ ਪੈਣੀ ਹੈ, ਉਹਦੇ ਤੋਂ ਓ ਟੀ ਪੀ ਲੈ ਲੈਂਦੇ ਆ, ਉਹਦੇ ਤੋਂ ਪੈਸੇ ਟ੍ਰਾਂਸਫਰ ਕਰਾ ਲੈਂਦੇ ਆ, ਬਾਅਦ 'ਚ ਪਤਾ ਲੱਗ ਜਾਏ ਤਾਂ ਇਹ ਸਾਰਾ ਹੀ ਫਰੋਡ ਸੀਗਾ। ਇਹ ਜੀ ਇੱਦਾਂ ਹੀ ਬਹੁਤ ਸਾਰੇ ਟਾਈਪ ਦੇ ਫਰੋਡ ਹੁੰਦੇ ਆ ਆਪਣੇ ਪਾਸ। ਏ ਟੀ ਐਮਸ ਦੇ ਵਿੱਚ ਜਾਂਦੇ ਆ ਕਈ ਬਜ਼ੁਰਗ, ਉਹ ਆਉਂਦੇ ਆ ਉਹ ਏ ਟੀ ਐਮ ਨਹੀਂ ਚੱਲਦਾ, ਕੋਈ ਪਿੱਛੇ ਖੜ੍ਹਾ ਹੁੰਦਾ ਬੰਦਾ,
ਉਹ ਕਹਿੰਦਾ ਹੈ ਜੀ ਲੋੜ ਨਹੀਂ, ਉਹ ਕਹਿੰਦਾ ਹੈ ਜੀ ਕਿ ਜੀ ਮੈਂ ਤੁਹਾਡਾ ਕਿਲਾ ਦਿੰਦਾ, ਉਹ ਸਵੈਪ ਕਰ ਲੈਂਦਾ। ਪਿੱਛੇ ਸੀ ਅਸੀਂ ਇਹ ਗੈਂਗ ਫੜਿਆ, ਉਹਦੇ ਵਿੱਚੋਂ ਘੱਟੋ ਘੱਟ ਸਾਨੂੰ 100 ATM ਕਾਰਡ ਅਸੀਂ ਰਿਕਵਰ ਕੀਤੇ। ਇੱਦਾਂ ਦੇ ਕਦੇ ਉਹ ਇੱਥੇ ਕਰ ਲੈਂਦਾ, ਫਿਰ ਉਹ ਬਾਹਰਲੇ ਜ਼ਿਲ੍ਹਿਆਂ 'ਚ ਜਾ ਕੇ ਕਰ ਲੈਂਦਾ, ਫਿਰ ਇੱਥੋਂ ਕਰਕੇ ਭੱਜ ਜਾਂਦੇ ਬਾਹਰ। ਇਹਦੇ ਨਾਲ ਨਾਲ ਜੀ ਹੋਰ ਦੂਜੇ ਹੋਰ ਅੱਜ ਕੱਲ੍ਹ ਔਨਲਾਈਨ ਫਰੋਡ ਚੱਲ ਰਹੇ, ਤੁਹਾਨੂੰ ਉਹ ਲੋਟਰੀ ਦਾ ਝਾਂਸਾ ਦੇ ਦੂਗਾ ਕਿ ਲੋਟਰੀ ਨਿਕਲੀ, ਇੰਨੇ ਪੈਸੇ ਪਵਾ ਦਿਉ ਅਤੇ ਤੁਹਾਡਾ ਜੀ ਗੱਡੀ ਨਿਕਲੀ ਹੈ ਸਕੋਰਪੀਓ, ਉਹਦੀ 10,000 ਪੈਣਾ, ਫਿਰ ਆਊਗਾ ਕਾਲ ਜੇ ਨਿਕਲਿਆ, ਫਿਰ ਕਹਿ ਦੂਗਾ ਕਦੇ ਕਹੂਗਾ ਜੀ ਤੁਹਾਡਾ ਆਈਫੋਨ ਨਿਕਲ ਗਿਆ। ਇਹ ਛੋਟੀ ਛੋਟੀ ਗੱਲਾਂ ਹੈਗੀ ਜੀ, ਬੜਾ ਇੰਪੈਕਟ ਕਰਦੀਆਂ ਅਤੇ ਲੱਖਾਂ ਰੁਪਇਆਂ ਦੇ ਵਿੱਚ ਪੈਸੇ ਨਿਕਲ ਜਾਂਦੇ। ਇੱਦਾਂ ਹੀ ਹੈਗਾ ਜੀ, ਹੋਰ ਇਹ ਚੱਲਦਾ ਆਪਣੇ ਇੱਥੇ ਕਿ ਬਾਹਰੋਂ ਫੋਨ ਆਜੂਗਾ ਅਤੇ ਤਾਂ ਪਰਸਨ ਵਿੱਚ ਸੀਗੀ ਵੀ ਪਹਿਚਾਣੋ ਕੌਣ ਹੈ, ਉਹ ਕਹੂਗਾ ਫਿਰ ਆਪੇ ਹੀ ਬੰਦੇ ਨੇ ਕਹਿ ਦੇਣਾ ਕਿ ਅੱਛਾ ਕੈਨੇਡਾ ਦੇ ਵਿੱਚ ਤੋਂ ਫਲਾਣਾ, ਉਹ ਕਹੇਗਾ ਹਾਂਜੀ ਹਾਂ ਮੈਂ ਬੋਲ ਰਿਹਾ। ਫਿਰ ਉਹ ਯਾਰ ਤੋਂ ਕਹਿ ਦੂਗਾ ਜੀ ਮੈਂ ਫਲਾਣੀ ਮੁਸੀਬਤ 'ਚ ਫਸ ਗਿਆ, ਇਹ ਹੋ ਗਿਆ ਉਹ ਹੋ ਗਿਆ, ਅਤੇ ਮੈਨੂੰ ਇੰਨੀ ਹੈਗੀ, ਮੈਂ ਤੁਹਾਡੇ ਪਵਾ ਦਿੰਦਾ ਇੰਨੇ ਪੈਸੇ, ਤੁਸੀਂ ਇੰਨਾ ਕੁ ਪੈਸੇ ਉੱਥੇ ਪਾ ਲਓ। ਅਤੇ ਅਮਾਊਂਟ ਵੀ ਕਈ ਵਾਰੀ ਛੋਟੀ ਰੱਖਦੇ ਹਾਂ, 20,000 30,000, ਫਿਰ ਆਪਾਂ ਪਰਸਿਊ ਕਰਨਾ ਛੱਡ ਦਿੰਦੇ ਉਹਨਾਂ ਨੂੰ। ਅਤੇ ਇਸ ਵਾਸਤੇ ਨਾ ਕਿ ਆਪਣੀ ਅਵੇਅਰਨੈਸ ਦੀ ਹੈਗੀ, ਜਾਗਰੂਕਤਾ ਦੀ ਲੋੜ ਹੈ ਕਿ ਕਦੇ ਵੀ ਬੈਂਕ ਜੋ ਹੈਗਾ ਉਹ ਕਦੇ ਆਪਣੇ ਤੋਂ OTP ਨਹੀਂ ਮੰਗਦਾ, ਪਿੰਨ ਨਹੀਂ ਮੰਗਦਾ ਫੋਨ ਕਰਕੇ ਕਿਸੇ ਦਾ ਵੀ। ਇਹ ਕਈ ਵਾਰ ਮੈਸੇਜਿਸ ਵੀ ਆਉਂਦੇ, ਇਸ ਚੀਜ਼ ਨੂੰ ਗੌਰ ਫਰਮਾਓ। ਕੋਈ ਤੁਹਾਡੇ ਤੋਂ ਕੋਈ ਬੈਂਕ ਡਿਟੇਲਸ ਮੰਗਦਾ ਹੈ, ਕੋਈ ਫਾਈਨੈਂਸ਼ੀਅਲ ਡਿਟੇਲਸ ਮੰਗਦਾ ਹੈ, ਓਵਰ ਦੀ ਫੋਨ ਮੰਗਦਾ, ਜਦੋਂ ਤੁਹਾਨੂੰ ਪਤਾ ਹੀ ਨਹੀਂ ਅਗਲਾ ਕੌਣ ਹੈ, ਤਾਂ ਵਿਸ਼ਵਾਸ ਨਾ ਕਰੋ। ਬਿਲਕੁਲ ਸ਼ੇਅਰ ਨਹੀਂ ਕਰਨੀ ਚਾਹੀਦੀ ਜੀ ਆਪਣੀ ਫਾਈਨੈਂਸ਼ੀਅਲ ਡਿਟੇਲਸ ਓਵਰ ਕੌਲ। ਇੱਕ ਕਈ ਵਾਰੀ ਹੋ ਜਾਂਦਾ ਆਪਾਂ ਯੂਜ਼ ਫੋਨ ਲੈਣ ਜਾਂਦੇ ਹਾਂ, ਉੱਥੇ ਵੀ ਥੋੜ੍ਹਾ ਚੈੱਕ ਕਰਕੇ ਲਿਆ ਕਰੋ। ਕਈ ਵਾਰੀ ਅਸੀਂ ਬਾਅਦ ਦੇ ਵਿੱਚ ਪਤਾ ਕਰਦੇ ਹਾਂ ਅਤੇ ਚੋਰੀ ਦਾ ਫੋਨ ਮਿਲਦਾ, ਅਤੇ ਉਹਦਾ ਵੀ ਥੋੜ੍ਹਾ ਕਿਨਾਰਾ ਕਰਕੇ ਰੱਖਿਆ ਕਰੋ, ਥੋੜ੍ਹਾ ਜਾਗਰੂਕ ਹੋ ਜਾਓਗੇ। ਇਹਦੇ ਵਾਸਤੇ ਆਪਣੇ ਪੰਜਾਬ ਦੇ ਵਿੱਚ ਮਾਨਯੋਗ DGP ਸਾਹਿਬ ਵੱਲੋਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਇਨੋਗਰੇਟ ਕੀਤੇ ਗਏ। ਪਿੱਛੇ ਸੀ ਦੇ ਆਰ ਆਲ ਓਪਰੇਸ਼ਨਲ, ਸਾਡੀ ਫੋਰਸ ਵੀ ਲੱਗੀ ਹੋਈ ਹੈ, ਜਿੰਨੀ ਕੰਪਲੇਂਟਸ ਹੈ ਉੱਥੇ ਡੀਲ ਹੋ ਰਹੀ ਹੈ। ਇੱਕ 1930 ਹੈਲਪਲਾਈਨ ਨੰਬਰ ਵੀ ਹੈਗਾ, ਉਹਦੇ 'ਤੇ ਵੀ ਅਗਰ ਜੀ ਕਿਸੇ ਨਾਲ ਵੀ ਫਰੋਡ ਹੁੰਦਾ, ਬੜਾ ਇੰਪੋਰਟੈਂਟ ਹੈ, ਤੁਸੀਂ ਨੋਟ ਕਰ ਲਿਓ, ਅੱਗੇ ਵੀ ਦੱਸ ਦਿਓ, 1930 ਇਹ ਟੋਲ ਫਰੀ ਨੰਬਰ ਹੈ, ਤੁਸੀਂ ਕਾਲ ਕਰਕੇ ਫਰੋਡ ਹੁੰਦਾ ਜਿੰਨਾ ਛੇਤੀ ਦੱਸੋਗੇ ਉਹ ਬਲੋਕ ਕਰ ਦਿੰਦੇ ਆ, ਪੈਸਾ ਉੱਥੇ ਹੀ ਬਲੋਕ ਹੋ ਜਾਂਦਾ ਹੈ, ਅਤੇ ਨਾਲ ਫਿਰ ਫਰੀ ਹੋਣ ਤੋਂ ਬਾਅਦ ਫਿਰ ਉਹਨੂੰ ਆਪਾਂ ਵਾਪਿਸ ਵੀ ਕਰਾ ਸਕਦੇ ਹਾਂ। ਪਿੱਛੇ ਸੀ ਅਸੀਂ ਅਲੱਗ ਅਲੱਗ ਕੇਸਿਸ ਦੇ ਵਿੱਚ ਨੀਅਰ ਅਬਾਊਟ 4-5 ਲੱਖ ਰੁਪਇਆ ਵਾਪਿਸ ਵੀ ਕਰਾਇਆ ਲੋਕਾਂ ਦਾ, ਕਿਸੇ ਦਾ 20,000 ਕਿਸੇ ਦਾ 15,000, ਥੋੜ੍ਹੇ ਥੋੜ੍ਹੇ ਅਮਾਊਂਟਸ ਹੈ, ਬਟ ਵਾਪਿਸ ਆਏ, ਅਤੇ ਕਾਫੀ ਰਿਲੀਫ ਮਿਲਦੀ ਹੈ। ਤਾਂ ਇਸ 'ਤੇ ਜੀ ਮੈਂ ਇਹੀ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਸਾਈਬਰ ਕ੍ਰਾਈਮ ਇੱਕ ਇੱਦਾਂ ਦਾ ਕ੍ਰਾਈਮ ਹੈ ਜਿਹਦੇ ਵਿੱਚ ਜੋ ਬੰਦਾ ਕ੍ਰਾਈਮ ਕਰਦਾ ਉਹ ਕਿਤੇ ਬੈਠਾ ਹੁੰਦਾ ਹੈ, ਸਾਨੂੰ ਵੀ ਨਹੀਂ ਪਤਾ, ਤੁਹਾਨੂੰ ਨਹੀਂ ਪਤਾ, ਅਤੇ ਟਰੇਸ ਕਰਨਾ ਵੀ ਔਖਾ ਹੁੰਦਾ, ਇਹਦਾ ਹੀ ਉਹ ਯੂਜ਼ ਕਰਦੇ ਹਨ। ਤੋ ਥੋੜ੍ਹਾ ਅਵੇਅਰਨੈਸ ਆਪਣੇ ਆਪ ਦੇ ਵਿੱਚ ਵੀ ਜਗਾਓ, ਆਪਣੇ ਨੀਅਰ ਐਂਡ ਡੀਅਰ ਵੰਸ ਦੇ ਵਿੱਚ ਵੀ ਜਗਾਓ। ਅਗਰ ਬਾਈ ਚਾਂਸ ਪਹਿਲਾਂ ਤੋਂ ਪ੍ਰੀਵੈਂਟ ਕਰੀਏ, ਅਗਰ ਹੋ ਜਾਂਦਾ ਤੁਰੰਤ ਸਾਨੂੰ ਇਤਲਾਹ ਦਿਓ, ਜਿਹੜੇ ਟੋਲ ਫਰੀ ਨੰਬਰ ਦੱਸੇ ਉਹਦੇ 'ਤੇ, ਸਾਡੇ ਸਾਈਬਰ ਪੁਲਿਸ ਸਟੇਸ਼ਨ 'ਤੇ ਥਾਣੇ ਦੇ ਵਿੱਚ ਜਾ ਕੇ ਦਿਓਗੇ, ਅਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹਨੂੰ ਵਾਪਿਸ ਤੁਹਾਨੂੰ ਲਾ ਕੇ ਦੇਵੇ। ਥੈਂਕ ਯੂ ਸੋ ਮਚ।